ਬਰਗਾੜੀ ਕਾਂਡ ਮੋਰਚੇ ਦੇ ਵਿੱਚ ਇਨਸਾਫ ਨਾ ਮਿਲਣ ਦੀ ਸੂਰਤ ਦੇ ਵਿੱਚ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਧਿਆਨ ਸਿੰਘ ਮਾਨ ਦੇ ਵੱਲੋਂ ਬੀਤੀ ਦਿਨੀ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਤਲਬ ਕੀਤਾ ਗਿਆ ਸੀ, ਜਿਸ ਦੇ ਚੱਲਦੇ ਅੱਜ ਤੀਸਰੀ ਵਾਰ ਦੇ ਮੌਕੇ ਪੰਜਾਬ ਸਰਕਾਰ ਦੀ ਚਿੱਠੀ ਲੈ ਕੇ ਪਹੁੰਚੇ ਕਾਂਗਰਸੀ ਆਗੂ ਦੇ ਵੱਲੋਂ ਜਥੇਦਾਰ ਧਿਆਨ ਸਿੰਘ ਮਾਨ ਨੂੰ ਸਰਕਾਰ ਦੀ ਚਿੱਠੀ ਸੌਂਪੀ ਗਈ, ਜਿਸ ਸੰਬੰਧੀ ਜਥੇਦਾਰ ਧਿਆਨ ਸਿੰਘ ਮਾਨ ਨੇ ਕਿਹਾ ਕਿ ਇਹ ਚਿੱਠੀ ਉਹਨਾਂ ਵੱਲੋਂ ਪੜ੍ਹ ਲਈ ਗਈ ਹੈ ਅਤੇ ਇਸ 'ਤੇ ਪੂਰੀ ਤਰ੍ਹਾਂ ਕੋਖ ਕਰਦਿਆਂ ਇਸ ਨੂੰ 3 ਅਗਸਤ ਨੂੰ ਪੂਰੀ ਮਰਿਆਦਾ ਦੇ ਨਾਲ ਪੜ੍ਹ ਕੇ ਸੁਣਾਉਂਦਿਆਂ ਇਸ ਸੰਬੰਧੀ ਫੈਸਲਾ ਲਿਆ ਜਾਵੇਗਾ। ਇਸ ਸੰਬੰਧੀ ਗੱਲਬਾਤ ਕਰਦਿਆਂ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਧਿਆਨ ਸਿੰਘ ਮਾਨ ਨੇ ਦੱਸਿਆ ਕਿ ਅੱਜ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਤਲਬ ਕਰਨ ਦੇ ਲਈ ਮਿਲਣ ਪਹੁੰਚੇ ਸਾਂ, ਪਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਾਨੂੰ ਬਾਹਰ ਹੀ ਰੋਕਿਆ ਗਿਆ ਅਤੇ ਸਾਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਬਾਹਰ ਹੀ ਕਾਂਗਰਸੀ ਆਗੂਆਂ ਦੇ ਵੱਲੋਂ ਇਹ ਚਿੱਠੀ ਸਰਕਾਰ ਦੀ ਚਿੱਠੀ ਸੌਂਪੀ ਗਈ ਹੈ, ਜਿਸ ਦੇ ਚੱਲਦਿਆਂ ਅੱਜ ਅਸੀਂ ਇਸ ਚਿੱਠੀ ਨੂੰ ਪੜ੍ਹ ਲਿਆ ਹੈ ਅਤੇ ਇਸ 'ਤੇ ਪੂਰੀ ਤਰ੍ਹਾਂ ਸਿੱਖ ਮਰਿਆਦਾ ਨਾਲ ਕੋਖ ਕਰਦਿਆਂ ਫੈਸਲਾ ਲੈਂਦਿਆਂ ਇਸ ਨੂੰ 3 ਅਗਸਤ ਵਾਲੇ ਦਿਨ ਨੂੰ ਸਭ ਨੂੰ ਪੜ੍ਹ ਕੇ ਸੁਣਾਉਂਦਿਆਂ ਇਸ ਸੰਬੰਧੀ ਫੈਸਲਾ ਸੁਣਾਇਆ ਜਾਵੇਗਾ। ਸਮੂਹ ਖਾਲਸਾ ਪੰਥ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੁੱਪ ਵੀ ਸਰਬੱਤ ਖਾਲਸਾ ਵੱਲੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਗੈਰ ਹਾਜ਼ਰੀ ਵਿੱਚ ਦਾਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਐਕਟਿੰਗ ਜਥੇਦਾਰ ਵਜੋਂ ਸੇਵਾ ਲਾਈ ਗਈ ਹੈ। ਉਸ ਸੇਵਾ ਨੂੰ ਨਿਭਾਉਂਦਿਆਂ ਪਾਵਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਉਸ ਮਰਿਆਦਾ ਦੇ ਉੱਤੇ ਡਟ ਕੇ ਪਹਿਰਾ ਦੇਣ ਵਾਸਤੇ ਅੱਜ ਤੱਕ ਅਸੀਂ ਆਪਣੇ ਹਰ ਫੈਸਲੇ ਨੂੰ ਤਰਜੀਹ ਦਿੱਤੀ ਹੈ। ਗੁਰਦੁਆਰਾ ਸਾਹਿਬ ਹਰਿਮੰਦਰ ਸਾਹਿਬ ਦੇ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਨੂੰ ਹਰ ਵਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਪਰ ਜਦੋਂ ਅਸੀਂ ਪੰਥ ਦੋਖੀਆਂ ਦੇ ਨਾਲ ਸਰਕਾਰਾਂ ਦੇ ਨਾਲ ਪੰਥ ਦੀ ਲੜਾਈ ਲੜ ਰਹੇ ਹਾਂ, ਫਿਰ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸ੍ਰੀ ਹਰਿਮੰਦਰ ਸਾਹਿਬ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣਾ ਸਭ ਤੋਂ ਜ਼ਰੂਰੀ ਹੋ ਜਾਂਦਾ ਹੈ। ਸੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਇਨਸਾਫ ਨਹੀਂ ਮਿਲਿਆ, ਦੋਸ਼ੀਆਂ ਨੂੰ ਬਚਾਇਆ ਗਿਆ ਪਹਿਲੀ ਸਰਕਾਰ ਵੱਲੋਂ। ਦੂਜੀ ਸਰਕਾਰ ਨੇ ਵਾਅਦਾ ਕੀਤਾ ਸੀ ਇਨਸਾਫ ਦੇਵਾਂਗੇ, ਪਰ 2 ਸਾਲ 1.5 ਸਾਲ ਉਹ ਚੁੱਪ ਕਰਕੇ ਬੈਠੀ ਰਹੀ। ਫਿਰ ਦਾਸ ਦੀ ਅਗਵਾਈ ਦੇ ਵਿੱਚ ਬਰਗਾੜੀ ਮੋਰਚਾ ਲੱਗਿਆ। ਉਸ ਮੋਰਚੇ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਭਾਗ ਲਿਆ। ਗੈਰ ਸਿੱਖ, ਹਿੰਦੂ, ਮੁਸਲਮਾਨ, ਈਸਾਈ ਵੱਡੀ ਗਿਣਤੀ ਵਿੱਚ ਕਾਫਲੇ ਬਣਾ ਕੇ ਉੱਥੇ ਆਏ। ਅਮਨ ਪਸੰਦ ਮੋਰਚਾ ਸੀ, ਪੂਰੀ ਦੁਨੀਆ ਨੇ ਉਸ ਮੋਰਚੇ ਨੂੰ ਮਾਨਤਾ ਦਿੱਤੀ। ਜਦੋਂ ਉਹ ਮੋਰਚਾ ਬਿਲਕੁਲ ਸਿਖਰਾਂ ਦੇ ਉੱਤੇ ਸੀ ਅਤੇ ਪੰਜਾਬ ਸਰਕਾਰ ਮੋਰਚੇ ਦੇ ਵਿੱਚ ਗੁਰੂ ਸਾਹਿਬ ਦੀ ਅਤੇ ਸੰਗਤ ਦੀ ਸ਼ਰਨ ਦੇ ਵਿੱਚ ਆਈ, ਬਈ ਸਾਨੂੰ ਮੌਕਾ ਦਿੱਤਾ ਜਾਵੇ, ਅਸੀਂ ਹਰ ਗੱਲ ਦਾ ਇਨਸਾਫ ਦੇਵਾਂਗੇ। ਅਤੇ ਜਿਵੇਂ ਗੁਰੂ ਸਾਹਿਬ ਦੀ ਬਾਣੀ ਦਾ ਮੁੱਖ ਵਾਕ ਹੈ, ਸ਼ਰਨ ਆਵੇ ਅਤੇ ਸਕੰਠ ਲਾਵੇ, ਇਹੋ ਬਿਰਦ ਸਵਾਮੀ ਛੰਦਾ ਗੁਰੂ ਕੀ ਸੰਗਤ ਨੇ ਸ਼ਰਨ ਆਇਆਂ ਦੀ ਲਾਜ ਰੱਖੀ ਔਰ ਉਹਨਾਂ ਨੂੰ ਮੌਕਾ ਦਿੱਤਾ।
काफ़ी समा बीत गया, सरकार ने कोई भी हरकत ना की। फिर असी महसूस किया, सिख संगत भी महसूस कर रही सी, खुद दास ने भी महसूस किया बई असी कोई गलती कर ली है कि जेड़ा असी सरकार दे वलों भेजे वफद जां एलचियां दे उत्ते भरोसा कर बैठे हाँ, ये साड़ी गलती है। उस गलती नू मनन वास्ते साड़ी जमीर ने सानू कहा कि अकाल तख्त साहब ते पेश हो के अपनी गलती नू मनो ते संगतां दे कोलों ये गलती मनो। असी पेश होए और अरदास बेनती की गुरु हरगोबिंद सच्चे पातशाह दे चरणां दे विच संगतां दे अगे बई साड़ी गलती, असी विश्वास किया जो भी संगतां सज़ा लाउणगियां असी भुगतण नू तैयार हाँ, पर नाल दी नाल असी सरकार नू हलूणा देण वास्ते, सरकार नू जगाउण वास्ते, सरकार नू जवाब देण जवाबदेह बनाउण वास्ते असी श्री अकाल तख्त साहब जी दी पवित्र पंच प्रधानी मान मर्यादा दे मुताबक असी सरकार नू जिहड़ी उन्हां ने टीम भेजी सी पंजाब दे मुख्यमंत्री कैप्टन अमरिंदर सिंह ने, उस टीम नू असी अकाल तख्त साहब दे उत्ते तलब किया। और अज तीसरा मौका सी, अज तीसरे मौके दे उत्ते कोई फैसला लिया जाना सी, पर बिल्कुल मौके दे उत्ते आ के पता लगा कि सरकार श्री अकाल तख्त साहब दे उत्ते पेश होने वास्ते अपना जवाब लैके पहुँच रही है। और वो इत्थे आए, बेशक श्रोमणी गुरद्वारा प्रबंधक कमेटी ने सानू कहा कि तुसी अंदर नहीं कुछ कर सकते, पर असी पग्गां लवाउण वास्ते नहीं कदी आउंदे, सानू मान मर्यादा दा फिकर है। असी अज श्रोमणी कमेटी दे दफ्तर दे अगे सामने खड़ के उन्हां दी पेशी जिहड़ी है वो पाई है, और उन्हां ने सानू एक बंद चिट्ठी दिती है। उस चिट्ठी दे विच उन्हां ने अपना जवाब दिता है, वो जवाब मैं हाल दी घड़ी तुहाडे सामने तो नहीं रखना क्योंकि श्री अकाल तख्त साहब की कोई मान मर्यादा है, वो मैं पढ़ लिया है और पढ़ के आप जी दे रूबरू हो रहे हैं। और असी पंज सिंह साहिबान ये जिहड़ा जवाब आया है इनू पढ़ांगे, इहदे ते घोख करांगे, और असी 30 तरीक नूं आउण वाली 30 तरीक नूं श्री अकाल तख्त साहब का जो फैसला है, जो दो मंत्री ते 3 MLA का स्पष्टीकरण आ, उन्हूं मद्देनज़र रख के उन्हूं पढ़ के 30 तारीख नूं 30 अगस्त नूं असी जिहड़ा फैसला वो असी गुरु पंथ दे रूबरू जिहड़ा वो करांगे। सो अज मैं उन्हां नूं पुछिया सी बई तुसी आए हो दसो की कहना है, कहिंदे असी बिल्कुल आए हैं और जो कुछ असी कहना वो साड़ी इस चिट्ठी दे अंदर है, इस पत्र दे अंदर है, और इहनूं पढ़ के तुसी जो भी हुक्म दिओगे उहनूं असी अपने सिर मत्थे ते मन्नांगे। की हुक्म देना है, की कार्रवाई होनी है, वो 30 तरीक नूं असी समुचे खालसा पंथ दे दुनिया दे सामने वो रख देवांगे। एक गल मैं बड़ी साफ ते स्पष्ट कह देनी चाहुंदा हाँ कि असी ना श्रोमणी गुरद्वारा प्रबंधक कमेटी दे नाल और ना इत्थों दी जिहड़े मुलाजम ने उहनां दे नाल असी किसे नाल टकराओ नहीं। साडी लड़ाई सरकार दे नाल है, असी सरकार दे नाल लड़ाई लड़ी भी है, अगे भी लड़नी है, और कौन सच्चा है कौन झूठा है
की गल ठीक है की गलत है। ये आने वाले समय के 30 तरीक नी ते रूबरू करा वाहेगुरु जी का खालसा वाहेगुरु जी की फतेह। आवाजी कम टीवी लिए अमृतसर तो पत्रकार हिमांशु शर्मा की रिपोर्ट।